ਚਾਂਸਲਰ ਸਾਹਿਬ ਨੇ ਆਪਣੀ ਉਦਘਾਟਨੀ ਭਾਸ਼ਣ ਵਿੱਚ ਬੜੀ ਗੰਭੀਰਤਾ ਨਾਲ ਕਿਹਾ ਕਿ ਸੰਪੂਰਨ ਮਨੁੱਖ ਉਹ ਹੈ ਜਿਸ ਦੇ ਮੱਥੇ ਉੱਪਰ ਗਿਆਨ ਦਾ ਦੀਵਾ ਹਮੇਸ਼ਾ ਬਲਦਾ ਰਹਿੰਦਾ ਹੈ। ਡੰਡੀ ਗਿਆਨ ਦਾ ਸੰਬੰਧ ਜਿਵੇਂ ਸਵੈ ਵਿਸ਼ਵਾਸ ਨਾਲ ਹੈ। ਡੰਡੀ ਪੜ੍ਹਨ ਲਿਖਣ ਨਾਲ ਮਨੁੱਖ ਵਿੱਚ ਸਵੈ ਵਿਸ਼ਵਾਸ ਆਪਣੇ ਆਪ ਆਉਂਦਾ ਹੈ। ਡੰਡੀ ਕੋਈ ਡਿਗਰੀ ਲੈ ਕੇ ਕਿਸੇ ਮੁਕਰਰ ਨੌਕਰੀ ਉੱਪਰ ਲੱਗ ਜਾਣ ਦਾ ਹੰਭਲਾ ਮਾਰ ਲੈਣਾ ਪੜ੍ਹਾਈ ਦਾ ਅਸਲ ਉਦੇਸ਼ ਨਹੀਂ ਹੈ। ਡੰਡੀ ਇਸ ਦਾ ਅਸਲ ਉਦੇਸ਼ ਸਮੁੱਚੀ ਸ਼ਖਸੀਅਤ ਦਾ ਵਿਕਾਸ ਕਰਕੇ ਉਸ ਨੂੰ ਇਨਸਾਨੀਅਤ ਦੇ ਭਲੇ ਲਈ ਵਰਤਣਾ ਹੈ। ਡੰਡੀ ਜੇਕਰ ਪੰਚ ਕੌਂਸਲਰ ਵਿਧਾਨ ਸਭਾ ਅਤੇ ਲੋਕ ਸਭਾ ਦੇ ਮੈਂਬਰ ਸਕੋਲਰ ਪ੍ਰੋਫੈਸਰ ਪ੍ਰਿੰਸੀਪਲ ਅਫਸਰ ਅਤੇ ਕਰਮਚਾਰੀ ਵਿਕਸਿਤ ਸ਼ਖਸੀਅਤ ਵਾਲੇ ਹੋਣਗੇ ਤਾਂ ਸਪਸ਼ਟ ਹੈ ਕਿ ਲੋਕ ਭਲਾਈ ਦੇ ਮੁਬਾਰਕ ਕੰਮ ਪਹਿਲ ਦੇ ਆਧਾਰ 'ਤੇ ਹੋਣਗੇ। ਡੰਡੀ ਸਾਇੰਸ ਦਾ ਇਹ ਯੁੱਗ ਗਵਾਹ ਹੈ ਕਿ ਸਭ ਕੁਝ ਇਉਂ ਨਹੀਂ ਹੋ ਰਿਹਾ ਹੈ। ਡੰਡੀ ਪੰਜਾਬ ਹੀ ਨਹੀਂ ਸਗੋਂ ਸਾਡੇ ਸਾਰੇ ਦੇਸ਼ ਵਿੱਚ ਸਿੱਖਿਆ ਪਰੰਪਰਾ ਅਨੁਸਾਰ ਹੀ ਦਿੱਤੀ ਜਾ ਰਹੀ ਹੈ, ਜਿਸ ਦੇ ਸਿੱਟੇ ਵਜੋਂ ਵਿਕਸਿਤ ਸ਼ਖਸੀਅਤ ਅਤੇ ਇਨਸਾਨੀਅਤ ਦੀ ਭਲਾਈ ਵਾਲੇ ਸੈਂਪਲ ਵਧੇਰੇ ਨਜ਼ਰ ਨਹੀਂ ਆ ਰਹੇ। ਡੰਡੀ ਅਸੀਂ ਵੇਖਦੇ ਹਾਂ ਕਿ ਇਸ ਅੰਬਰ ਹੇਠ ਸਿੱਖਿਆ ਪ੍ਰਸ਼ਾਸਕੀ ਰਾਜਨੀਤੀ ਆਦਿ ਖੇਤਰਾਂ ਵਿੱਚ ਬਹੁਤਾ ਕਰਕੇ ਬੇਈਮਾਨੀ ਅਨੈਤਿਕਤਾ ਅਤੇ ਭ੍ਰਿਸ਼ਟਾਚਾਰ ਦਾ ਜ਼ਹਿਰੀਲਾ ਨਾਗ ਫੁੰਕਾਰੇ ਮਾਰ ਰਿਹਾ ਹੈ। ਡੰਡੀ ਦੇਸ਼ ਵਿੱਚ ਅਰਾਜਕਤਾ ਪੈਦਾ ਕਰਨ ਵਿੱਚ ਪੜ੍ਹੇ ਲਿਖੇ ਲੋਕਾਂ ਨੇ ਗਿਆਨ ਵਿਹੋਣੇ ਲੋਕਾਂ ਨਾਲੋਂ ਵੱਧ ਭੂਮਿਕਾ ਨਿਭਾਈ ਹੈ। ਡੰਡੀ ਸੱਤਾ ਵਿੱਚ ਆ ਕੇ ਸਰਕਾਰੀ ਰਕਮਾਂ ਵਿੱਚ ਵੱਡੇ ਵੱਡੇ ਘਪਲੇ ਕੀਤੇ ਹਨ। ਡੰਡੀ ਸਮੇਂ ਦੀ ਮੰਗ ਹੈ ਕਿ ਦੇਸ਼ ਵਾਸੀਆਂ ਵਿੱਚ ਇਨਸਾਨੀਅਤ ਨੈਤਿਕਤਾ ਅਤੇ ਦੇਸ਼ ਭਗਤੀ ਦੀ ਭਾਵਨਾ
ਉਜਾਗਰ ਕਰਕੇ ਪ੍ਰਬਲ ਕੀਤੀ ਜਾਵੇ। ਡੰਡੀ